ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਮੂਥ ਸਾਧ ਸੰਗਤ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟ੍ਰੈਵਲਰ ਉੱਪਰ ਸਵਾਗਤ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜਾਬ ਦੇ ਬਹੁਤ ਹੀ ਪਾਵਨ ਅਤੇ ਮਹਾਨ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ। ਇਹ ਅਨੰਦਪੁਰ ਸਾਹਿਬ ਵਿਖੇ ਬਣਿਆ ਹੋਇਆ ਹੈ। ਅੱਜ ਇਸ ਵੀਡੀਓ ਦੇ ਰਾਹੀਂ ਆਪਾਂ ਇਸ ਦੇ ਦਰਸ਼ਨ ਕਰਾਂਗੇ ਜੀ। ਇਹ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਸਿੱਖ ਧਰਮ ਦੇ ਵਿੱਚ। ਇਸ ਜਗ੍ਹਾ ਉੱਪਰ ਹੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਕੁਛ ਦੇਰ ਬਾਅਦ ਜੀ, ਕੁਛ ਦਿਨਾਂ ਬਾਅਦ ਵਿਸਾਖੀ ਦਾ ਪਵਿੱਤਰ ਤਿਉਹਾਰ ਆ ਰਿਹਾ ਜੀ। ਆਪਾਂ ਸਾਰੇ ਜਣੇ ਇਸ ਸਥਾਨ ਦੇ ਉੱਤੇ ਆਉਂਦੇ ਹਾਂ, ਵਿਸਾਖੀ ਦੇ ਪਵਿੱਤਰ ਤਿਉਹਾਰ ਨੂੰ ਦਿਨ ਨੂੰ ਮਨਾਉਂਦੇ ਹਾਂ ਜੀ। ਅਸੀਂ ਚਾਹੁੰਦੇ ਹਾਂ ਵੀ ਜਦੋਂ ਵੀ ਤੁਸੀਂ ਇਸ ਵਿਸਾਖੀ ਨੂੰ ਇਸ ਪਵਿੱਤਰ ਸ਼ਹਿਰ ਅਨੰਦਪੁਰ ਸਾਹਿਬ ਵਿਖੇ ਆਵੋ ਜੀ, ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਆਵੋ ਜੀ, ਅਸੀਂ ਜਿਹੜੇ ਜਿਹੜੇ ਸਥਾਨਾਂ ਨੂੰ ਕਵਰ ਕਰ ਰਹੇ ਹਾਂ ਜੀ, ਦਰਸ਼ਨ ਕਰ ਰਹੇ ਹਾਂ, ਤੁਸੀਂ ਵੀ ਦੇਖੋ ਸਾਡੇ ਚੈਨਲ 'ਤੇ ਜਦੋਂ ਤੁਸੀਂ ਇਸ ਧਰਤੀ ਦੇ ਉੱਤੇ ਆਵੋ ਤਾਂ ਇਸ ਸਥਾਨਾਂ ਦੇ ਜਿਹੜੇ ਜਿਹੜੇ ਅਸੀਂ ਕਵਰ ਕਰਾਂਗੇ ਉਹਨਾਂ ਦੇ ਦਰਸ਼ਨ ਜ਼ਰੂਰ ਕਰਿਓ ਜੀ। ਹਾਓ ਜੀ, ਹੁਣ ਆਪਾਂ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ। ਬਣੇ ਰਹੀਓ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਗੁਰਦੁਆਰਾ ਸਾਹਿਬ ਵਿੱਚ ਦਰਸ਼ਨਾਂ ਲਈ ਆਪਾਂ ਨੂੰ ਉੱਚੀ ਜਗ੍ਹਾ 'ਤੇ ਚੜ੍ਹਾਈ ਚੜ੍ਹਨੀ ਪੈਂਦੀ ਹੈ ਅਤੇ ਚੜ੍ਹਾਈ ਚੜ੍ਹਦੇ ਸਮੇਂ ਹੀ ਜੋੜਾ ਘਰ ਆਉਂਦਾ ਜਿੱਥੇ ਆਪਾਂ ਆਪਣੇ ਜੋੜਾ ਜਮ੍ਹਾਂ ਕਰਵਾ ਸਕਦੇ ਹਾਂ ਜੀ। ਇਹ ਹੈ ਦੂਸਰੀ ਸਾਈਡ ਜਿੱਥੇ ਦਰਸ਼ਨੀ ਦਿਓੜੀ ਸਾਹਮਣੇ ਬਣੀ ਹੋਈ ਹੈ ਅਤੇ ਇਹ ਤੁਸੀਂ ਚੜ੍ਹਾਈ ਦੇਖ ਸਕਦੇ ਹੋ। ਹੁਣ ਆਪਾਂ ਖੜ੍ਹੇ ਹਾਂ ਜੀ ਦਰਸ਼ਨੀ ਦਿਓੜੀ, ਜੋ ਕਿ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਬਣੀ ਹੋਈ ਹੈ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਇੱਥੇ ਹਰਿਆਲੀ ਹੈ ਅਤੇ ਬਹੁਤ ਵੱਡੀ ਇਹ ਦਰਸ਼ਨੀ ਦਿਓੜੀ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਵਿੱਚ। ਹੁਣ ਆਪਾਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇਖ ਰਹੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ, ਇਹ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਵਿੱਚ ਕੜਾਹ ਪ੍ਰਸ਼ਾਦ ਘਰ, ਜਿੱਥੋਂ ਆਪਾਂ ਗੁਰਦੁਆਰਾ ਸਾਹਿਬ ਲਈ ਕੜਾਹ ਪ੍ਰਸ਼ਾਦ ਲੈ ਸਕਦੇ ਹਾਂ ਜੀ। ਇਹ ਹੈ ਜੀ ਗੁਰਦੁਆਰਾ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਇਤਿਹਾਸ। ਵੀਡੀਓ ਰੋਕ ਕੇ ਆਪਾਂ ਇਤਿਹਾਸ ਵੀ ਪੜ੍ਹ ਸਕਦੇ ਹਾਂ ਜੀ। ਆਓ ਚੱਲੀਏ ਅੱਗੇ। ਇਹ ਹੈ ਜੀ ਹੁਕਮਨਾਮਾ ਸਾਹਿਬ ਅੱਜ ਦਾ, ਅਤੇ ਆਪਾਂ ਵੀਡੀਓ ਰੋਕ ਕੇ ਹੁਕਮਨਾਮਾ ਸਾਹਿਬ ਅਤੇ ਅੱਜ ਦਾ ਫੁਰਮਾਨ ਪੜ੍ਹ ਸਕਦੇ ਹਾਂ ਜੀ। ਇਹ ਹੈ ਜੀ ਸੋਹਣਾ ਉੱਚਾ ਨਿਸ਼ਾਨ ਸਾਹਿਬ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਝੂਲਦਾ ਹੋਇਆ ਜੀ। ਦਰਸ਼ਨ ਆਪਾਂ ਕਰ ਲਏ ਨੇ ਜੀ, ਅੰਦਰ ਵੀਡੀਓਗ੍ਰਾਫੀ ਅਲਾਊਡ ਨਹੀਂ ਸੀ, ਇਸ ਕਰਕੇ ਆਪਾਂ ਵੀਡੀਓ ਨਹੀਂ ਬਣਾਈ। ਅਤੇ ਹੁਣ ਆਪਾਂ ਲੈਂਦੇ ਹਾਂ ਜੀ ਕੜਾਹ ਪ੍ਰਸ਼ਾਦ। ਸਾਹਮਣੇ ਤੁਸੀਂ ਦੇਖ ਰਹੇ ਹੋ ਕੜਾਹ ਪ੍ਰਸ਼ਾਦ ਕਾਊਂਟਰ, ਜਿੱਥੋਂ ਆਪਾਂ ਕੜਾਹ ਪ੍ਰਸ਼ਾਦ ਦੇਗ ਲੈ ਸਕਦੇ ਹਾਂ ਜੀ। ਬਹੁਤ ਜ਼ਿਆਦਾ ਸਕੂਨ ਹੈ ਜੀ ਇਸ ਸਥਾਨ ਉੱਪਰ, ਤੁਸੀਂ ਆਓ ਤਾਂ ਜ਼ਰੂਰ 5 ਤੋਂ 10 ਮਿੰਟ ਇੱਥੇ ਬੈਠੇ ਹੋ। ਗੁਰਦੁਆਰਾ ਕੇਸਗੜ੍ਹ ਸਾਹਿਬ ਦੇ ਨਾਲ ਹੀ ਬਣੇ ਹੈ ਜੀ ਗੁਰਦੁਆਰਾ ਮੰਜੀ ਸਾਹਿਬ ਦਮਾਲਗੜ੍ਹ ਸਾਹਿਬ ਜੀ। ਇਹ ਪੁਲ ਨੂੰ ਕ੍ਰੋਸ ਕਰਕੇ ਆਪਾਂ ਗੁਰਦੁਆਰਾ ਸਾਹਿਬ ਤੱਕ ਪਹੁੰਚਦੇ ਹਾਂ। ਆਓ ਆਪਾਂ ਦਰਸ਼ਨ ਕਰੀਏ ਜੀ ਇਸ ਗੁਰਦੁਆਰਾ ਸਾਹਿਬ ਦੇ ਵੀ। ਇੱਥੋਂ ਵੀ ਆਪਾਂ ਨੂੰ ਪੂਰੀ ਅਨੰਦਪੁਰ ਸਿਟੀ ਦਾ, ਪੂਰੇ ਗੁਰਦੁਆਰਾ ਸਾਹਿਬ ਦਾ ਬਹੁਤ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲਦਾ ਜੀ। ਹੁਣ ਆਪਾਂ ਦੇਖ ਰਹੇ ਹਾਂ, ਤੁਸੀਂ ਦੇਖੋ ਬਹੁਤ ਸੋਹਣਾ ਇਸ ਗੁਰਦੁਆਰਾ ਸਾਹਿਬ ਨੂੰ ਬਣਾਇਆ ਗਿਆ ਅਤੇ ਕੰਸਟਰਕਸ਼ਨ ਦਾ ਕੰਮ ਹਾਲੇ ਵੀ ਚੱਲ ਰਿਹਾ।
ਪੇਂਟਿੰਗ ਹੋ ਰਹੀ ਹੈ ਤਾਂ ਕਿ ਗੁਰਦੁਆਰਾ ਸਾਹਿਬ ਦੀ ਦਿੱਖ ਹੋਰ ਵੀ ਵਧੀਆ ਰਹੇ ਅਤੇ ਜਿਹੜੀ ਬਨਾਵਟ ਹੈ, ਖੂਬਸੂਰਤੀ ਹੈ ਇਸ ਗੁਰਦੁਆਰਾ ਸਾਹਿਬ ਦੀ, ਉਹ ਹਮੇਸ਼ਾ ਬਰਕਰਾਰ ਰਹੇ ਜੀ। ਆਓ ਜੀ ਹੁਣ ਆਪਾਂ ਦਰਸ਼ਨ ਕਰੀਏ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਆਪਾਂ ਸਭ ਨੇ ਜੀ ਦਰਸ਼ਨ ਕਰ ਲਏ ਨੇ, ਬਹੁਤ ਹੀ ਸੋਹਣੇ ਰਸਤੇ ਤੋਂ ਆਪਾਂ ਚੱਲ ਰਹੇ ਹਾਂ ਲੰਗਰ ਹਾਲ ਵੱਲ ਜੀ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਆਓ ਜੀ ਹੁਣ ਆਪਾਂ ਚੱਲਦੇ ਹਾਂ ਗੁਰੂ ਕੇ ਲੰਗਰਾਂ ਵੱਲ ਨੂੰ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਗੁਰਦੁਆਰਾ ਸਾਹਿਬ ਦੇ ਵਿੱਚ ਯਾਤਰੀ ਨਿਵਾਸ ਵੀ ਬਣਿਆ ਹੋਇਆ, ਤੁਸੀਂ ਸਾਹਮਣੇ ਪੜ੍ਹ ਸਕਦੇ ਹੋ ਗੁਰੂ ਤੇਗ ਬਹਾਦਰ ਜੀ ਯਾਤਰੀ ਨਿਵਾਸ, ਜਿੱਥੇ ਆਪਾਂ ਆਪਣੇ ਲਈ ਕਮਰਾ ਲੈ ਸਕਦੇ ਹਾਂ ਅਤੇ ਇੱਥੇ ਵਿਸ਼ਰਾਮ ਕਰ ਸਕਦੇ ਹਾਂ ਜੀ। ਆਓ ਜੀ ਹੁਣ ਆਪਾਂ ਚੱਲਦੇ ਹਾਂ ਦੂਸਰੇ ਸਥਾਨ ਵੱਲ, ਜੋ ਕਿ ਹੈ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ। ਆਓ ਚੱਲੀਏ ਜੀ, ਹੁਣ ਆਪਾਂ ਪਹੁੰਚੇ ਹਾਂ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਜੀ। ਇਹ ਉਹ ਕਿਲ੍ਹਾ ਆ ਜਿਸ ਜਗ੍ਹਾ ਜੀ ਪਹਾੜੀ ਰਾਜਿਆਂ ਵੱਲੋਂ ਅਤੇ ਮੁਗਲਾਂ ਵੱਲੋਂ ਝੂਠੀਆਂ ਕਸਮਾਂ ਖਾਧੀਆਂ ਗਈਆਂ ਜੀ, ਅਤੇ ਉਸ ਤੋਂ ਬਾਅਦ ਜੀ ਦਸਵੇਂ ਪਾਤਸ਼ਾਹ ਨੇ ਜੀ ਉਹਨਾਂ ਦੀਆਂ ਕਸਮਾਂ ਤੋਂ ਬਾਅਦ ਇਸ ਕਿਲ੍ਹੇ ਨੂੰ ਛੱਡ ਦਿੱਤਾ ਸੀ ਅਤੇ ਪਾਤਸ਼ਾਹ ਅੱਗੇ ਚਮਕੌਰ ਸਾਹਿਬ ਵੱਲ ਨੂੰ ਚਲੇ ਗਏ ਸਨ ਜੀ। ਅਤੇ ਪਾਤਸ਼ਾਹ ਚਮਕੌਰ ਸਾਹਿਬ ਤੋਂ ਹਜ਼ੂਰ ਸਾਹਿਬ ਤੱਕ ਪਹੁੰਚੇ ਜੀ, ਅਸੀਂ ਉਹ ਵੀਡੀਓਜ਼ ਵੀ ਬਣਾਈਆਂ ਨੇ, ਅਸੀਂ ਉਹਨਾਂ ਸਥਾਨਾਂ ਦੇ ਦਰਸ਼ਨ ਵੀ ਕੀਤੇ ਨੇ। ਸਾਡੇ ਚੈਨਲ 'ਤੇ ਜਾ ਕੇ ਜੀ ਤੁਸੀਂ ਉਹਨਾਂ ਸਥਾਨਾਂ ਦੇ ਦਰਸ਼ਨ ਵੀ ਕਰ ਸਕਦੇ ਹੋ ਜੀ। ਹੁਣ ਆਪਾਂ ਪੜ੍ਹ ਸਕਦੇ ਹਾਂ ਜੀ ਗੁਰਦੁਆਰਾ ਸ਼੍ਰੀ ਆਨੰਦਗੜ੍ਹ ਸਾਹਿਬ, ਕਿਲ੍ਹਾ ਸ਼੍ਰੀ ਆਨੰਦਗੜ੍ਹ ਸਾਹਿਬ ਦਾ ਇਤਿਹਾਸ ਜੀ, ਤੁਸੀਂ ਆਪਣੇ ਸਕਰੀਨ 'ਤੇ ਪੜ੍ਹ ਸਕਦੇ ਹੋ ਜੀ ਇਤਿਹਾਸ ਗੁਰਦੁਆਰਾ ਸਾਹਿਬ ਦਾ ਜੀ। ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੀ ਗੁਰਿਆਈ ਮਿਲਣ ਤੋਂ ਬਾਅਦ 1665 ਦੇ ਵਿੱਚ ਪਾਤਸ਼ਾਹ ਨੇ ਜੀ ਇਸ ਅਨੰਦਪੁਰ ਸਾਹਿਬ ਨੂੰ ਵਸਾਇਆ ਸੀ ਜੀ। ਕੀਰਤਪੁਰ ਸਾਹਿਬ ਤੋਂ ਇਸ ਦੀ ਦੂਰੀ ਤਕਰੀਬਨ 9 ਕਿਲੋਮੀਟਰ ਦੀ ਆ, ਅਤੇ ਪਹਾੜਾਂ ਦੇ ਵਿੱਚ ਪਾਤਸ਼ਾਹ ਨੇ ਸੋਹਣੀ ਆਨੰਦਾਂ ਦੀ ਪੁਰੀ ਇਸ ਆਨੰਦਪੁਰ ਸਾਹਿਬ ਨੂੰ ਵਸਾਇਆ ਸੀ ਜੀ। ਹੁਣ ਇਸ ਕਿਲ੍ਹੇ ਦੇ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਜੀ। ਹਜ਼ਾਰਾਂ ਲੱਖਾਂ ਸੰਗਤਾਂ ਇਸ ਸਥਾਨ 'ਤੇ ਉੱਤੇ ਆਉਂਦੀਆਂ ਨੇ, ਨਤਮਸਤਕ ਹੁੰਦੀਆਂ ਨੇ ਜੀ। ਇਹ ਹੈ ਜੀ ਸੋਹਣਾ ਉੱਚਾ ਨਿਸ਼ਾਨ ਸਾਹਿਬ, ਇਸ ਸਥਾਨ ਉੱਪਰ ਝੂਲਦਾ ਹੋਇਆ ਜੀ, ਜਿਸ ਸਥਾਨ 'ਤੇ ਮੇਰੀਆਂ ਦੋ ਪਾਤਸ਼ਾਹੀਆਂ ਦੇ ਚਰਨ ਪਏ ਨੇ ਜੀ, ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਉੱਪਰ। ਬਹੁਤ ਸੋਹਣਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇਹ ਹੈ ਜੀ ਪ੍ਰਸ਼ਾਦ ਕਾਊਂਟਰ, ਜਿੱਥੋਂ ਆਪਾਂ ਦੇਗ ਅਤੇ ਕੜਾਹ ਪ੍ਰਸ਼ਾਦ ਲੈ ਸਕਦੇ ਹਾਂ ਜੀ। ਅੰਦਰ ਵਿਰਾਜਮਾਨ ਨੇ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ। ਆਓ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ ਜੀ। ਆਪਾਂ ਸਭ ਨੇ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਦਰਸ਼ਨ ਕਰ ਲਏ ਨੇ ਜੀ। ਇਹਦੇ ਵਿੱਚ ਹੀ ਬਣਿਆ ਹੋਇਆ ਹੈ ਜੀ ਮਾਤਾ ਸਾਹਿਬ ਕੌਰ ਜੀ ਦਾ ਤਪ ਸਥਾਨ। ਆ ਜਾਓ ਆਪਾਂ ਇਸ ਸਥਾਨ ਦੇ ਵੀ ਦਰਸ਼ਨ ਕਰਦੇ ਹਾਂ ਜੀ। ਇਹ ਆ ਜੀ ਇਸ ਜਗ੍ਹਾ ਦਾ ਇਤਿਹਾਸ, ਤੁਸੀਂ ਪੜ੍ਹ ਸਕਦੇ ਹੋ ਵੀਡੀਓ ਨੂੰ ਰੋਕ ਕੇ ਵੀ ਜੀ।
ਤੇ ਇਹ ਬਣਿਆ ਹੋਇਆ ਮਾਤਾ ਜੀ ਦਾ ਤਪ ਸਥਾਨ ਜੀ, ਮਾਤਾ ਸਾਹਿਬ ਕੌਰ ਜੀ ਦਾ। ਉਸੇ ਤਰ੍ਹਾਂ ਦੇਖੋ ਇਸ ਸਥਾਨ ਨੂੰ ਜੀ ਸਾਂਭ ਕੇ ਰੱਖਿਆ ਹੋਇਆ ਆ। ਦੇਖੋ ਤੁਸੀਂ ਇਹ ਆ ਜੀ ਤਪ ਸਥਾਨ। ਆਜੋ ਜੀ ਆਪਾਂ ਹੁਣ ਉਸ ਪਵਿੱਤਰ ਬੌਲੀ ਦੇ ਦਰਸ਼ਨ ਕਰਦੇ ਹਾਂ ਜਿਹੜੀ ਦਸਵੇਂ ਪਾਤਸ਼ਾਹ ਦੇ ਵੇਲੇ ਤੋਂ ਬਣੀ ਹੋਈ ਆ ਜੀ। ਇਸ ਪਵਿੱਤਰ ਬੌਲੀ ਨੂੰ ਅੰਦਰ ਤੋਂ ਵੀ ਆਪਾਂ ਦੇਖਦੇ ਹਾਂ ਜੀ। 132 ਪੌੜੀਆਂ ਨੇ ਇਸ ਪਵਿੱਤਰ ਬੌਲੀ ਸਾਹਿਬ ਨੂੰ ਜਾਣ ਲਈ ਜੀ। ਤੁਸੀਂ ਪੜ੍ਹ ਸਕਦੇ ਹੋ ਬੌਲੀ ਸਾਹਿਬ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ। ਸਭ ਨੇ ਮਿਲ ਕੇ ਜੀ ਗੁਰਦੁਆਰਾ ਸ਼੍ਰੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰ ਲਏ ਹਨ ਅਤੇ ਗੁਰਦੁਆਰਾ ਸ਼੍ਰੀ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਦਰਸ਼ਨ ਵੀ ਕਰ ਲਏ ਹਨ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੀਡੀਓ ਨੂੰ ਆਪਣੇ ਸਗੇ ਸੰਬੰਧੀਆਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ, ਕਮੈਂਟ ਵਿੱਚ ਵਾਹਿਗੁਰੂ ਜੀ ਲਿਖਿਓ ਅਤੇ ਹੁਣ ਆਪਾਂ ਮਿਲਾਂਗੇ ਸ਼੍ਰੀ ਆਨੰਦਪੁਰ ਸਾਹਿਬ ਦੇ ਹੋਰ ਸਥਾਨਾਂ 'ਤੇ ਜੋ ਕਿ ਬਹੁਤ ਹੀ ਮਹੱਤਵਪੂਰਨ ਹਨ। ਆਓ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।